सिद्धू के खिलाफ माझे का शहर बिक्रम सिंह मजीठिया लड़ूंगा। मैं नवजोत सिंह सिद्धू, मैं सिद्धू, नवजोत सिंह सिद्धू का हंकार तोड़ना ही तोड़ना है। बिक्रम सिंह मजीठिया नवजोत सिंह सिद्धू की जमानत जब्त कराऊगा। नवजोत सिंह सिद्धू के भाजड़ पवा देनी है, मैं लगता शायद वह का भाजना दे। जिहड़ी पार्टी जांदा उन्हूं मारदा पहले, जिहड़ा इन्हूं दुध पिउंदा उन्हूं डसदा उन्हूं पहले। सज्जन वड्डी परिवार नूं मैं श्रोमणी अकाली दल शामिल करदा, जिहड़ा सारा पुराना पंथक परिवार सही मायने ते उन्हां दी घर वापसी है। उन्होंने थोड़ा दिन थोड़े साल साइड ते गए सी, पर बड़ी खुशी है कि वो वापस आए है ते मैं उन्होंने पहले इस पार्टी शामिल करदा। ਉਹਨਾਂ ਦੇ ਨਾਲ ਬਾਬਾ ਬਕਾਲਾ ਹਲਕੇ ਤੋਂ ਕਈ ਸਰਪੰਚ, ਬਲਾਕ ਸਮਤੀ ਮੈਂਬਰ, कमेटी के मैंबर ते हज़ारा वर्कर श्रोमणी अकाली दल शामिल होए। जंडियाला हलके तो भी उन्हां दे नाल बहुत संगत नाल कांग्रेस तो छड़ के अलविदा करके श्रोमणी अकाली दल शामिल होया। ते फिर मैं जंडियाला हलके तो मैं सतिंदरजीत सिंह छज्जल वड्डी नूं श्रोमणी अकाली दल का उम्मीदवार भी मैं ऐलान करदा। दूजी अहम अखीरलिया दो टिकटां श्रोमणी अकाली दल मैं कह सकता है कि एक परिवार है, इको एक पार्टी है जिहड़ी इकट्ठी है, एक मुठ है, एक कमांड थले है, सारी एक टीम है। दो महीने हो गए साढ़े कैंडिडेट अनाउंस किए मैदाने जंग च है। ਅਸੀਂ ਸੋਚਿਆ ਸੀ ਅਖੀਰ 'ਚ ਰਹਿਣਗੇ ਸਾਡੇ ਵੀ ਆਈ ਪੀ ਦੋਨੋਂ ਹੀ, ਅਤੇ ਮੈਂ ਅਨਾਊਂਸ ਕਰਦਾ ਇੱਕ ਤਾਂ ਨਵਜੋਤ ਸਿੱਧੂ ਤਿਆਰ ਹੋ ਜਾ। ਨਵਜੋਤ ਸਿੱਧੂ ਦੇ ਖਿਲਾਫ ਮਾਝੇ ਦਾ ਸ਼ਹਿਰ ਬਿਕਰਮ ਸਿੰਘ ਮਜੀਠਿਆ ਲੜੂਗਾ। देखो जिंदाबाद, बिक्रम सिंह मजीठिया के खिलाफ पंजाब की सरकार, सारी कांग्रेस पार्टी, सारिया पार्टियां लगी हैं। क्यों? क्योंकि उन्होंने भजा के रखता है, पंजाबियों की आवाज उठाता, पंजाबियों की लड़ाई लड़ता है। तो बड़ा अफसोस है कि कांग्रेस पार्टी चन्नी सरकार ने खास करके नवजोत सिंह सिद्धू जी ने बिक्रम सिंह मजीठिया के खिलाफ झूठा केस किया। एक गुरसिख परिवार से एक ड्रग्स का झूठा इल्जाम लाया। बिक्रम सिंह मजीठिया एक ऐसा इंसान है जेड़ा घट तो घट ढाई कंते रोज नितनेम करता है। अजकल तुम देखोगे बहुत दसो बहुत घट हो गए।
ਉਹਨਾਂ ਦੀ ਧਰਮ ਪਤਨੀ ਵੀ 2.5 ਘੰਟੇ ਮਿਨੀਮਮ ਉਹਨਾਂ ਦਾ ਫਿਕਸ ਹੈ ਕਿ 2.5 ਘੰਟੇ ਨਿਤਨੇਮ ਕਰਨਾ ਹੈ। ਉਹਨਾਂ ਦੇ ਬਜ਼ੁਰਗ ਤੇ ਉਹਨਾਂ ਦੀ ਮਾਤਾ ਜੀ ਵੀ ਹਰ ਮਹੀਨੇ ਉਹਨਾਂ ਦੇ ਘਰੇ ਅਖੰਡ ਪਾਠ ਸਾਹਿਬ ਦੇ ਭੋਗ ਆਪਣੇ ਅਖੰਡ ਪਾਠ ਸਾਹਿਬ ਪੈਂਦੇ ਹੈ, ਸ਼ੁਰੂਆਤ ਹੁੰਦੀ ਹੈ ਤੇ ਸਹਿਜ ਪਾਠ ਨਾਲੇ ਭੋਗ ਪੈਂਦੇ ਹੈ ਲਗਾਤਾਰ। ਅੱਜ ਨਹੀਂ ਮਨ ਲੱਗਦਾ 20-25 ਸਾਲ ਮੈਨੂੰ ਤਾਂ ਜਿੰਨੇ ਦਾ ਮੇਰਾ ਵਿਆਹ ਹੋਇਆ ਉਦੋਂ ਤੋਂ ਮੈਂ ਜਾਣਦਾ ਉਹਨਾਂ ਦੀ ਗਰੰਟੀ ਮੈਂ ਦਿੰਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕਿ ਇੱਕ ਅਜਿਹਾ ਇਨਸਾਨ ਜਿਹਦੇ ਸ਼ਰੇਆਮ ਝੂਠਾ ਕੇਸ ਕੀਤਾ ਗਿਆ ਤੋ ਜਿਨ੍ਹਾਂ ਨੇ ਝੂਠਾ ਕੇਸ ਕੀਤਾ ਤਿਆਰ ਹੋ ਜਾਓ ਮਜੀਠ ਆਪਣਾ ਨਵਜੋਤ ਸਿੰਘ ਸਿੱਧੂ ਜਿਹੜੇ ਤੇਰੇ 'ਚ ਮੈਂ ਹਾਂ ਅਤੇ ਹੰਕਾਰ ਹੈ ਕਿ ਮੈਂ ਨਵਜੋਤ ਸਿੰਘ ਸਿੱਧੂ ਮੈਂ ਸਿੱਧੂ ਬਾਕੀਆਂ ਨੂੰ ਤਾਂ ਲੋਕ ਸਮਝਦੇ ਹੀ ਨਹੀਂ ਕੁਛ ਨਾ ਕਾਂਗਰਸ ਨੂੰ ਸਮਝੇ ਨਾ ਕਾਂਗਰਸ ਦੇ ਲੀਡਰ ਨੂੰ ਸਮਝੇ ਨਾ ਕਿਸੇ ਨੂੰ ਸਮਝੇ। ਇੱਕ ਅਜਿਹਾ ਇਨਸਾਨ ਹੈ ਜਿਹੜਾ ਜਿਹੜੀ ਪਾਰਟੀ ਜਾਂਦਾ ਉਹਨੂੰ ਮਾਰਦਾ ਪਹਿਲੇ, ਜਿਹੜਾ ਇਹਨੂੰ ਦੁੱਧ ਪਿਆਉਂਦਾ ਉਹਨੂੰ ਡੱਸਦਾ ਉਹਨੂੰ ਪਹਿਲੇ। ਸੋ ਇਸ ਕਰਕੇ ਹੁਣ ਅੰਮ੍ਰਿਤਸਰ ਹਲਕੇ ਦੀ ਜਨਤਾ ਇਨਸਾਫ ਦਊਗੀ। ਜਿਹੜਾ ਤੂੰ ਕਹਿੰਦਾ ਹੁੰਦਾ ਸੀ ਨਾ ਮੈਂ ਇੰਨੇ ਲੱਖਾਂ ਦੀ ਨੁਮਾਇੰਦਗੀ ਕਰਦਾ, ਉਹਨੂੰ ਪਤਾ ਲੱਗੂਗਾ ਕਿ ਹੁਣ ਤੇਰਾ ਟਾਕਰਾ ਸ਼੍ਰੋਮਣੀ ਅਕਾਲੀ ਦਲ ਦੀ ਬਹਾਦਰ ਫੌਜ ਦੇ ਖਿਲਾਫ ਹੈ। ਫੌਜ ਆ ਗਈ ਤਿਆਰ ਹੈ, ਸਾਡੇ ਸਾਰੇ ਵਰਕਰ ਇੱਥੇ ਬੈਠੇ ਹੈ ਅਤੇ ਬਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਦੀ ਜ਼ਮਾਨਤ ਜ਼ਬਤ ਕਰਾਊਗਾ। ਇਸ ਕਰਕੇ ਅੱਜ ਸਾਰੀ ਲੀਡਰਸ਼ਿਪ ਸਾਡੀ ਆਪਣੇ ਅੰਮ੍ਰਿਤਸਰ ਸ਼ਹਿਰ ਦੀ ਸਾਰੇ ਵਰਕਰ ਸਾਰਿਆਂ ਨੇ ਅੱਜ ਮੈਨੂੰ ਬੇਨਤੀ ਕੀਤੀ ਕਿ ਨਵਜੋਤ ਸਿੰਘ ਸਿੱਧੂ ਦਾ ਹੰਕਾਰ ਤੋੜਨਾ ਹੀ ਤੋੜਨਾ ਹੈ ਅਤੇ ਉਹ ਜੰਗ ਦਾ ਸਾਡਾ ਜਰਨੈਲ ਬਿਕਰਮ ਸਿੰਘ ਮਜੀਠੀਆ ਅੱਗੇ ਹੋ ਕੇ ਉਹ ਸੀਟ 'ਤੇ ਲੜੂਗਾ ਅਤੇ ਮੈਂ ਸਾਰਿਆਂ ਦੀ ਜ਼ਿੰਮੇਵਾਰੀ ਲਾ ਕੇ ਜਾ ਰਿਹਾ ਅਤੇ ਸਾਰਿਆਂ ਨੇ ਅੱਜ ਡਟ ਜਾਣਾ ਅਤੇ ਨਵਜੋਤ ਸਿੰਘ ਸਿੱਧੂ ਦੇ ਭਾਜੜ ਪਵਾ ਦੇਣੀ ਹੈ। ਮੈਨੂੰ ਲੱਗਦਾ ਸ਼ਾਇਦ ਉਹਦਾ ਕਾਪੀ ਭੱਜ ਨਾ ਜਾਏ ਦਿਨ ਰਾਤ ਦੋਨੋਂ ਸੀਟਾਂ ਦੇ। ਅੱਛਾ ਦੂਜੀ ਗੱਲ ਅਤੇ ਅਖੀਰਲੀ ਸੀਟ ਲੰਬੀ ਜਿੱਥੇ ਪਾਰਟੀ ਦੇ ਸਰਪ੍ਰਸਤ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਅਗਵਾਈ ਕਰਨਗੇ ਸੀਟ ਦੀ ਅਤੇ ਇਲੈਕਸ਼ਨ ਲੜਨਗੇ। ਵੱਡੇ ਬਾਦਲ ਸਾਹਿਬ ਨੇ ਪੂਰੀ ਜ਼ਿੰਦਗੀ ਕੌਮ ਦੀ ਲੜਾਈ ਲੜੀ, ਪੰਜਾਬ ਦੀ ਲੜਾਈ ਲੜੀ। ਉਹਨਾਂ ਨੇ ਮੈਨੂੰ ਕਿਹਾ ਮੈਂ ਜ਼ਿੰਦਗੀ 'ਚ ਰਿਟਾਇਰ ਨਹੀਂ ਹੋਣਾ ਅਤੇ ਸਾਰੀ ਪਾਰਟੀ ਨੇ ਉਹਨਾਂ ਨੂੰ ਬੇਨਤੀ ਕੀਤੀ ਤੁਸੀਂ ਰਿਟਾਇਰ ਨਹੀਂ ਹੋਣਾ, ਤੁਹਾਡੀ ਅਗਵਾਈ ਤੁਹਾਡੇ ਆਸ਼ੀਰਵਾਦ ਨਾਲ, ਕਿਉਂਕਿ ਉਹਨਾਂ ਦੇ ਨਾਲ ਬਹਿ ਕੇ ਜੋ ਤੁਸੀਂ ਸਿੱਖ ਸਕਦੇ ਹੋ ਉਹਨਾਂ ਦੇ ਆਸ਼ੀਰਵਾਦ ਨਾਲ ਜੋ ਤੁਸੀਂ ਤੁਹਾਨੂੰ ਪ੍ਰਾਪਤ ਹੋ ਸਕਦਾ ਜਿਵੇਂ ਉਹਨਾਂ ਨੇ ਪੰਜਾਬ ਦੀ ਸੇਵਾ ਕੀਤੀ ਹੈ। ਸੋ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਲੰਬੀ ਸੀਟ ਤੋਂ ਉਮੀਦਵਾਰ ਹੋਣਗੇ। ਅਤੇ ਸਰ ਗੁਰਪ੍ਰੀਤ ਸਿੰਘ ਰੰਧਾਵਾ ਜੋ ਸਾਡੇ ਆ ਜਿਹੜੇ ਇਸ ਅੰਮ੍ਰਿਤਸਰ ਈਸਟ ਤੋਂ ਬੜੀ ਉਹਨਾਂ ਨੇ ਸੇਵਾ ਕੀਤੀ ਹੈ, ਆ ਸਾਰੀ ਕੈਂਪੇਨ ਦੇ ਇੰਚਾਰਜ ਉਹ ਹੋਣਗੇ। ਗੁਰਸਾਹ ਗੁਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਥੱਲੇ ਆ ਲੜਾਈ ਲੜੀ ਜਾਊਗੀ, ਕਿਉਂਕਿ ਮਜੀਠੀਆ ਸਾਹਿਬ ਨੇ ਤਾਂ ਪੂਰੇ ਪੰਜਾਬ 'ਚ ਵੀ ਘੇਰਾ ਪਾਉਣਾ ਅਤੇ ਸਾਰੀ ਕਮਾਂਡ ਗੁਰਪ੍ਰੀਤ ਤੇਰੇ ਜੁੰਮੇ ਹੈ। ਪਰ ਮੈਂ ਦੇਖਿਆ ਬੰਦਾ ਬਹੁਤ ਮਿਹਨਤੀ ਹੈ, ਸਾਰੇ ਹਲਕੇ ਨੂੰ ਇੱਕ ਮੁੱਠ ਕੀਤਾ ਅਤੇ ਅਸੀਂ ਇਹਨਾਂ ਨੇ ਹੀ ਮੈਨੂੰ ਸੁਜੈਸਟ ਕੀਤਾ ਰੰਧਾਵਾ ਸਾਹਿਬ ਨੇ, ਕਹਿੰਦਾ ਫਿਰ ਆਪਾਂ ਦੋਹਾਂ ਤੇ ਨਵਜੋਤ ਸਿੰਘ ਸਿੱਧੂ ਨਾਲ ਫਿਰ ਮਜੀਠੀਆ ਸਾਹਿਬ ਦੀ ਕਰਾਈਏ। ਤੋ ਇਸ ਕਰਕੇ ਸਾਰੀ ਫੌਜ ਨੂੰ ਸਾਰਿਆਂ ਨੇ ਸਲਾਹ ਕੀਤੀ ਅੱਜ ਮੈਂ ਅਤੇ ਅਸੀਂ ਫੈਸਲਾ ਕਰ ਲਿਆ ਹੁਣ ਨਵਜੋਤ ਸਿੰਘ ਸਿੱਧੂ ਤੈਨੂੰ ਭੱਜਣ ਨਹੀਂ ਦਿੰਦੇ, ਕਿਤੇ ਮਰਜ਼ੀ ਜ਼ੋਰ ਲਾ ਲਾ, ਹੁਣ ਦੇਖਾਂਗੇ ਪੰਜਾਬ ਦੀ ਜਨਤਾ ਕਿਹਦੇ ਨਾਲ ਹੈ।
ਜਿਹੜਾ ਤੂੰ ਝੂਠ ਪ੍ਰਚਾਰ ਕਰਦਾ ਸੀ ਜਿਹੜੇ ਝੂਠੇ ਐਲੀਗੇਸ਼ਨ ਲਾਉਂਦਾ ਸੀ ਪੰਜਾਬ ਦੀ ਜਨਤਾ ਇਨਸਾਫ ਦੇਊਗੀ ਤੇਰੇ ਹਲਕੇ ਦੀ ਜਨਤਾ ਇਨਸਾਫ ਕਰੂਗੀ ਕਿਉਂਕਿ 10 ਸਾਲ ਜਿੰਨੀ ਦੇਰ ਤੂੰ ਉੱਤੇ ਰਿਹਾ ਇੱਕ ਇੱਟ ਨਹੀਂ ਲਾਈ ਆਪਣੇ ਹਲਕੇ 'ਚ ਕਿਸੇ ਨੂੰ ਮਿਲਿਆ ਨਹੀਂ ਨਾ ਕੰਮ ਕੀਤਾ ਪੰਜਾਬ ਦੀ ਕਹਿੰਦਾ ਮਾਡਲ ਹੈ ਜਾ ਕੇ ਦੇਖੋ ਉਹਦੇ ਹਲਕੇ 'ਚ ਕੀ ਬੁਰਾ ਹਾਲ ਹੈ ਜਿਹੜਾ ਲੀਡਰ ਆਪਣੇ ਹਲਕੇ 'ਚ ਨਹੀਂ ਜਾਂਦਾ अपने वर्करां नूं नहीं मिलदा अपने हल्के दे विच उत्थे सीवरेज की प्रॉब्लम है पीने वाले पानी की प्रॉब्लम है तो करदा पंजाब मॉडल की गल लोकल बॉडीज मिनिस्टर रहा दो ढाई साल लोकल बॉडी मिनिस्टर रहा अमृतसर शहर का जिन्हें स्पीड नाल डिवेलपमेंट कराई सी सारा रोक दिता अपने हल्के च भी डिवेलपमेंट नहीं कराई और लोकल बॉडी मिनिस्टर होने के नाते तो पंजाब की मॉडल की गल कर रहे हैं इस करके पंजाब की जनता जायजा माहौल पूरे पंजाब च है मैं क्लीयर कर सकदा कि श्रोमणी अकाली दल BSP की सरकार आ रही है वड्डी मेजोरिटी आ रही है 80 सीटां तो वध आ रही है बहुत बहुत धन्यवाद राहुल गांधी राहुल गांधी कल आ रहे जी अमृतसर उन्होंने लेके तुसी किदां देख रहे हो क्योंकि एक पासे एक सवाल हो रहा है नवजोत सिंह सिद्धू हर डिबेट दे विच कहंदे कि मैं 6 इलेक्शन जीतया की अकाली दल उन्हां दे मैं ओ आज ਉਹਦੇ ਸਿਆਸੀ ਜੀਵਨ ਦਾ ਅੰਤ ਆ ਰਿਹਾ ਹੁਣ ਅੰਤ ਆ ਗਿਆ ਆ ਉਹਦਾ ਅਖੀਰਲਾ ਇਲੈਕਸ਼ਨ ਹੈ ਆ ਨਵਜੋਤ ਸਿੰਘ ਸਿੱਧੂ ਦਾ ਅਖੀਰਲਾ ਇਲੈਕਸ਼ਨ ਉਹਨੇ ਆਪ ਹੀ ਭੱਜਣ ਭਾਵੇਂ ਜ਼ਮਾਨਤ ਦੱਸਾਂ ਕਿ ਆ ਝੂਠੇ ਕੇਸ ਤੁਸੀਂ ਮਰਜ਼ੀ ਪਾ ਦਿਓ ਤੁਸੀਂ ਮਰਜ਼ੀ ਧਾਰਾਂ ਲਾ ਦਿਓ ਸਾਨੂੰ ਕੇਸਾਂ ਤੋਂ ਕੋਈ ਡਰ ਨਹੀਂ आ जो श्रोमणी अकाली दल के वर्कर बैठे है सारिया के पसे किन्ने किन्ने हुए है साढ़े पंजाब के हजारा वर्कर दे कांग्रेस ने पिछले 5 साल हजारा वर्कर से साढ़े गरीब वर्कर से किसान पिंडा वर्कर केस किए है कोई नहीं घबराए इन्होंने पिछले 5 साल कांग्रेस की लीडरशिप ने धक्के साढ़े वर्कर घरों पजाया पर सारे हुण डट के लगे है ਤੁਸੀਂ ਦੇਖ ਲਓਗੇ ਕਿਵੇਂ ਸੁੱਖੀ ਰੰਧਾਵਾ ਚੰਨੀ ਨਵਜੋਤ ਸਿੱਧੂ ਵਰਗੇ ਸਾਰਿਆਂ ਦੀ ਜ਼ਮਾਨਤਾਂ ਜ਼ਬਤ ਹੁੰਦੀਆਂ ਹੁਣ ਕਚਹਿਰੀ ਗੱਲ ਹੁਣ ਜਨਤਾ ਦੀ ਕਚਹਿਰੀ 'ਚ ਆ ਗਈ ਹੁਣ ਪੁਲਿਸ ਉਹਨਾਂ ਥੱਲੇ ਨਹੀਂ ਹੈ ਪਰਚੇ ਕਰਨ ਵਾਲੀ ਪੁਲਿਸ ਨਹੀਂ ਹੈ ਪਰਮਾਤਮਾ ਦੇ ਘਰ 'ਚ ਇਨਸਾਫ ਮਿਲਦਾ ਹੈ ਆਈ ਚੱਤੋਪਾਧਿਆ ਜਿਹਨੇ ਝੂਠਾ ਕੇਸ ਕੀਤਾ ਹੁਣ ਸੈਂਟਰ ਦੀਆਂ ਏਜੰਸੀਆਂ ਲੱਗ ਗਈਆਂ ਦੇ ਮਗਰ ਜਿਵੇਂ ਉਹਦਾ ਸਟਿੰਗ ਆਪਰੇਸ਼ਨ ਆਇਆ ਜਿਵੇਂ ਚੱਤੋਪਾਧਿਆ ਦਾ ਡਰੱਗ ਮਾਫੀਆ ਨਾਲ ਲਿੰਕ ਹੈ ਕਿਵੇਂ ਡਰੱਗ ਮਾਫੀਆ ਨਾਲ ਗੱਲ ਕਰ ਰਿਹਾ ਹੈ ਪੈਸਿਆਂ ਦੀ ਲੈਣ ਦੇਣ ਦੀ ਗੱਲ ਕਰ ਰਿਹਾ ਹੈ ਕਿਵੇਂ ਪੈਸਾ ਕਰੋੜਾਂ ਰੁਪਏ ਲਿੱਤਾ ਜਾਊਗਾ ਤੇ ਕਿਵੇਂ ਕਰਿਆ ਜਾਊਗਾ ਕਿਵੇਂ ਡਰੱਗ ਵਾਲਿਆਂ ਨੂੰ ਮਾਫੀਆ ਨੂੰ ਬਚਾਇਆ ਜਾਊਗਾ ਸਾਰਾ ਸਟ੍ਰਿੰਗ ਸਾਹਮਣੇ ਆ ਗਿਆ ਕਿਵੇਂ ਆਰਡੀਐਕਸ ਕਿੱਥੇ ਪਿਆ ਆਰਡੀਐਕਸ ਤੇ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦੀ ਗੱਲ ਕਰਦਾ ਹੈ ਕਿ ਕਿਵੇਂ ਆਰਡੀਐਕਸ ਆਇਆ ਤੇ ਪ੍ਰਧਾਨ ਮੰਤਰੀ ਨੂੰ ਉਦੋਂ ਪਤਾ ਲੱਗੂਗਾ ਕਿ ਕਿੰਨਾ ਕਿਵੇਂ ਪੰਜਾਬ 'ਚ ਆਊਗਾ ਇਹ ਜਿਹੀਆਂ ਗੱਲਾਂ ਕਰਦਾ ਹੈ ਅੱਜ ਸਾਰੀਆਂ ਏਜੰਸੀਆਂ ਮੈਨੂੰ ਲੱਗਦਾ ਕੋਈ ਦਿਨ ਮਿਲ ਅਗਲੇ ਦਿਨਾਂ 'ਚ ਹੀ ਆ ਚੱਤੋਪਾਧੇ ਵੀ ਅੰਦਰ ਜਾਊਗਾ ਜਿਵੇਂ ਨਵਜੋਤ ਸਿੰਘ ਸਿੱਧੂ ਤੇ ਸਾਰੇ ਜਾਣਗੇ ਇੱਕ ਮਹੀਨੇ ਬਾਅਦ ਸਰ ਕੋਈ ਇਸ ਸੀਟ ਵਾਸਤੇ ਕੋਈ ਸਪੈਸ਼ਲ ਪਲੈਨਿੰਗ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਹੋ ਤੁਸੀਂ ਵੀ ਇੱਥੇ ਮੌਜੂਦ ਰਹੋਗੇ ਜਾਂ ਕੋਈ ਸਪੈਸ਼ਲ ਪਲੈਨਿੰਗ ਹੈ ਸੀਟ ਵਾਸਤੇ ਸਾਰੀ ਆਪਣੇ ਰੰਧਾਵਾ ਸਾਹਿਬ ਦੀ ਕਮਾਂਡ ਥੱਲੇ ਆ ਸਾਰੀ ਕਮਾਂਡ ਇਹਨਾਂ ਨੂੰ ਛਾਪਦੀ ਹੈ ਇਹਨਾਂ ਲੜਾਈ ਲੜਨੀ ਹੈ ਸਾਰੇ ਬੈਠੇ ਸੂਰਮੇ ਸਾਡੇ ਮੈਂ ਜਦੋਂ ਆ ਮੈਨੂੰ ਬੁਲਾਉਣਗੇ ਮੈਨੂੰ ਟੈਲੀਫੋਨ ਕਰ ਦੇਣਗੇ ਯਾਰ ਸਾਡੇ ਸ਼ੇਰ ਹੀ ਕਾਫੀ ਹੈ ਸਾਡੇ ਸ਼ੇਰ ਹੀ ਕਾਫੀ ਹੈ ਮੈਂ ਕਿਹਾ ਲੋੜ ਹੀ ਨਹੀਂ ਸਿੱਧੂ ਨੂੰ ਆ ਹੀ ਨਹੀਂ ਛੱਡਦੇ ਸਿੱਧੂ ਨੂੰ ਕੀ ਬਣਾਉਣੇ ਆ ਤੁਹਾਨੂੰ ਪਤਾ ਲੱਗ ਜੂਗਾ ਸਿੱਧੂ ਦੇ ਮੈਨੂੰ ਲੱਗਦਾ ਅੱਜ ਸਿੱਧੂ ਦੀ ਠੋਕਦੀ ਤਾਲੀ ਠੋਕੋ ਤਾਲੀ ਦੀ ਚੰਗਾ ਹੋਰ ਕੋਈ ਕੁਐਸਚਨ ਹਾਂਜੀ ਜਿੱਥੇ ਬਾਦਲ ਸਾਹਿਬ ਜਿੱਥੇ ਬੁਲਾਏ ਜਾਣਗੇ ਜਾਣਗੇ ਉਹ ਵੀ ਪ੍ਰਚਾਰ ਕਰਨਗੇ ਅਗਲੇ 20 ਦਿਨਾਂ 'ਚ ਦੇਖੋਗੇ ਕਿਵੇਂ ਪੰਜਾਬ ਸਿਚੁਏਸ਼ਨ ਬਦਲਦੀ ਤੇ ਕਿਵੇਂ ਕੇਸਰੀ ਝੰਡਾ ਝੂਲਦਾ ਨਵਜੋਤ ਸਿੰਘ ਸਿੱਧੂ ਕੋਈ ਚੈਲੰਜ ਨਹੀਂ ਤੁਸੀਂ ਦੇਖੋ ਤਾਂ ਅਸੀਂ ਕਿਹਾ ਸਾਡਾ ਜਰਨੈਲ ਆਈ ਇਹਦੇ ਥੱਲੇ ਕਮਾਂਡ ਥੱਲੇ ਤੁਸੀਂ ਦੇਖੋ ਭਾਜੜ ਪਾਉਂਦੇ ਸਾਰਿਆਂ ਨੂੰ ਕਿਉਂਕਿ ਉਹ ਬਾਰ ਬਾਰ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਆ ਮੇਰੇ ਨਾਲ ਹੈ ਅਤੇ ਮਜੀਠੀਆ ਸਾਹਿਬ ਨੂੰ
ਕਹਿੰਦਾ ਸੀ ਮਜੀਠੀਆ ਸਾਹਿਬ ਨੂੰ, ਅਸੀਂ ਕਿਹਾ ਉਹ ਆਪ ਦਾ ਨਹੀਂ ਲੜਨਾ ਚਾਹੁੰਦੇ, ਅਸੀਂ ਕਿਹਾ ਸਾਰੇ ਵਰਕਰਾਂ ਨੂੰ ਬੇਨਤੀ ਕੀਤੀ ਕਿ ਦੋ ਹੱਥ ਆਪ ਹੀ ਕਰ ਲਓ, ਸਾਰੇ ਵਰਕਰਾਂ ਦਾ ਫੈਸਲਾ ਨਹੀਂ ਨਹੀਂ ਬ੍ਰਿਕ ਨਾ ਲਓ, ਮਜੀਠਾ 'ਚ ਵੀ ਵਰਕਰ ਲੜਨਗੇ ਅਤੇ ਇੱਥੇ ਵੀ ਵਰਕਰ ਲੜਨਗੇ। ਬਹੁਤ ਬਹੁਤ ਧੰਨਵਾਦ।